ਮਜ਼ਦੂਰਾਂ ਨੂੰ 36,000 ਪਲਾਟਾਂ ਦਾ ਵਾਅਦਾ ਕੀਤਾ, ਪੂਰਾ ਕਰੋ, ਪੂਰਾ ਕਰੋ, ਪੂਰਾ ਕਰੋ। ਮਜ਼ਦੂਰਾਂ ਨੂੰ ਲਾਲ ਲਕੀਰ ਵਿੱਚ ਰਹਿੰਦੇ ਮਜ਼ਦੂਰਾਂ ਨੂੰ ਮਾਲਕੀ ਹੱਕ ਦਿਓ, ਹੱਕ ਦਿਓ। ਅੱਜ ਮਜ਼ਦੂਰਾਂ ਦੇ ਸੂਬਾ ਪੱਧਰੀ ਸੱਦੇ ਤਹਿਤ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਸੱਦੇ ਤਹਿਤ ਜੀ ਅੱਜ ਮਜ਼ਦੂਰਾਂ ਦੀਆਂ ਅਹਿਮ ਅਤੇ ਬੁਨਿਆਦੀ ਮੰਗਾਂ, ਜਿਹ 'ਚ ਪਲਾਟ ਆ, ਰੁਜ਼ਗਾਰ ਆ, 700 ਰੁਪਇਆ ਦਿਹਾੜੀ ਆ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਦਾ ਪੰਜਾਬ ਸਰਕਾਰ ਨੇ ਔਰ ਸੈਂਟਰ ਸਰਕਾਰ ਨੇ 2024 ਤੋਂ ਪਹਿਲਾਂ ਜਿਹੜਾ ਵਾਅਦਾ ਕੀਤਾ ਸੀ ਔਰ ਗਰੰਟੀਆਂ ਕੀਤੀਆਂ ਪੰਜਾਬ ਸਰਕਾਰ ਨੇ, ਜਿਹਦੇ ਵਿੱਚ ਦੋਨੇ ਸਰਕਾਰਾਂ ਮਜ਼ਦੂਰ ਵਿਰੋਧੀ ਸਾਬਤ ਹੋਈਆਂ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ 36,000 ਪਲਾਟ ਅਸੀਂ ਦੇਤਾ, ਪੰਜਾਬ ਸਰਕਾਰ ਕਹਿ ਰਹੀ ਹੈ 36,000 ਪਲਾਟ ਮਜ਼ਦੂਰਾਂ ਨੂੰ ਦੇਤਾ ਔਰ 900 ਕਰੋੜ ਰੁਪਈਆ ਜਿਹੜਾ ਮਜ਼ਦੂਰਾਂ ਦੇ ਕਰਜ਼ੇ ਮਾਫੀ ਲਈ ਰੱਖ ਦਿੱਤਾ ਹੈਗਾ ਔਰ ਐਤਕੀ ਦਾ ਜਿਹੜਾ ਬਜਟ ਪੇਸ਼ ਹੋਇਆ ਮਜ਼ਦੂਰਾਂ ਦੇ, ਇਸ ਬਜਟ ਦੇ ਵਿੱਚ ਕਾਣੀ ਕੌਡੀ ਵੀ ਆ ਜਿਹੜੀ ਸਰਕਾਰ ਨੇ ਨਹੀਂ ਰੱਖੀ ਔਰ ਅੱਜ ਸੂਬੇ ਸੱਦੇ 'ਤੇ ਅੱਜ ਅਸੀਂ ਇੱਥੇ ਰੇਲਵੇ ਟਰੈਕ ਜਾਮ ਕਰਨ ਆਏ ਸੀਗੇ ਔਰ ਕੀਤਾ ਵੀ ਆ ਔਰ ਸਾਰੇ ਪੰਜਾਬ ਦੇ ਮਜ਼ਦੂਰ ਆ ਜਿਹੜੇ ਭਗਵੰਤ ਮਾਨ ਸਰਕਾਰ ਤੋਂ ਅੱਕੇ ਔਰ ਮੋਦੀ ਸਰਕਾਰ ਤੋਂ ਵੀ ਅੱਕੇ ਹੋਏ ਆ ਔਰ ਉਸ ਗੁੱਸੇ ਦੇ ਵਿੱਚੋਂ ਜਿਹੜੀਆਂ ਮੋਦੀ ਸਰਕਾਰ ਨੇ ਵਾਅਦੇ ਕੀਤੇ ਸੀ, ਗਰੰਟੀਆਂ ਦਿੱਤੀਆਂ ਸੀ ਭਗਵੰਤ ਮਾਨ ਸਰਕਾਰ ਨੇ, ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਰੇਲਵੇ ਟਰੈਕ ਜਿਹੜਾ ਜਾਮ ਕੀਤਾ ਸੀ। ਅੱਜ ਭਗਵੰਤ ਮਾਨ ਦੀ ਪੁਲਿਸ ਨੇ ਲਾਠੀਚਾਰਜ ਕੀਤਾ ਔਰ ਜਿਹੜੇ ਮਜ਼ਦੂਰਾਂ ਨੂੰ ਆ ਜਿਹੜੇ ਉਹ ਜੇਲ੍ਹ ਡੱਕਣ ਵਾਸਤੇ, ਥਾਣੇ ਡੱਕਣ ਵਾਸਤੇ ਆ ਜਿਹੜਾ। ਟ੍ਰੇਨ ਵੀ ਰੋਕੀ ਗਈ ਤੁਹਾਡੇ ਵੱਲੋਂ? ਬਿਲਕੁਲ ਜੀ, ਕਿਉਂਕਿ ਸਾਡਾ ਪ੍ਰੋਗਰਾਮ ਸੀਗਾ, ਸਾਡਾ ਪ੍ਰੋਗਰਾਮ ਸੀ 11 ਮਾਰਚ ਦਾ, 11 ਮਾਰਚ ਦੇ ਸੱਦੇ ਤਹਿਤ ਅਸੀਂ ਆਪਦਾ ਪ੍ਰੋਗਰਾਮ ਦੀ ਜਿਹੜੀ ਫਾਰਮੈਲਿਟੀ ਹੈ ਜਾਂ ਉਹ ਕਰਨ ਆਏ ਸੀਗੇ, ਜਿਹਦੇ ਕਰਕੇ ਪੁਲਿਸ ਨੇ ਲਾਠੀਚਾਰਜ ਕੀਤਾ ਔਰ ਸਾਨੂੰ ਆਮ ਲੋਕ ਵੀ ਬੜੇ ਖਰਾਬ ਹੁੰਦੇ, ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ। ਦੇਖੋ ਜੀ, ਆਮ ਲੋਕ ਇਸ ਕਰਕੇ ਸਾਡੇ ਕਰਕੇ ਤਾਂ ਨਹੀਂ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਸੀ 2 ਮਹੀਨੇ ਪਹਿਲਾਂ ਦਾ ਪ੍ਰੋਗਰਾਮ ਸੀ ਸਾਡਾ, ਇਹੀ ਕਿਸਾਨ ਯੂਨੀਅਨ ਆ ਹੁਣ ਕੱਲ੍ਹ
ਜਿਹੜੀਆਂ ਕੁਛ ਕੁ ਕਿਸਾਨ ਯੂਨੀਅਨਾਂ ਨੇ ਰੇਲਵੇ ਟਰੈਕ ਜਾਮ ਕੀਤਾ, ਇਹਨਾਂ ਨੂੰ ਮਜ਼ਦੂਰਾਂ 'ਤੇ ਗੁੱਸਾ ਆਉਂਦਾ, ਇਸ ਕਰਕੇ ਹੋਰ ਕੋਈ ਰੇਲਵੇ ਟਰੈਕ ਜੇ ਕੋਈ ਜਾਮ ਕਰਦਾ ਸੀ, ਜਿਹੜੀਆਂ ਬੁਨਿਆਦੀ ਮੰਗਾਂ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ, ਅਸੀਂ ਤਾਂ ਸਾਡੇ ਤਾਂ ਘਰ ਹੀ ਆ ਜਿਹੜੇ ਸ਼ਿਵਦੇ ਪਾਸੇ ਹੈਗੇ ਆ, ਅਸੀਂ ਤਾਂ ਸਰਕਾਰ ਵੱਲੋਂ ਮੰਨੀਆਂ ਮੰਗਾਂ ਜਿਹੜੀਆਂ, ਜੇ ਭਗਵੰਤ ਮਾਨ ਨੂੰ ਕਹਿੰਦੇ ਉਹ ਡਾਂਗ ਵੇ ਫੇਰਦਾ, ਜੇ ਮੋਦੀ ਨੂੰ ਕਹਿੰਦੇ ਉਹ ਕਹਿੰਦਾ ਕਿ ਤੁਹਾਡੇ ਪਰਚੇ ਪਾ ਕੇ ਅੰਦਰ ਕਰ ਦਿਆਂਗੇ, ਅਸੀਂ ਜਾਈਏ ਕਿਹੜੇ ਪਾਸੇ ਨੂੰ? ਇੱਕ ਪਾਸੇ ਕਹਿੰਦੇ ਕਿ ਮਜ਼ਦੂਰ ਹੀ ਸਾਰਾ ਕੁਛ ਹੈਗਾ, ਇਸ ਕਰਕੇ ਭਗਵੰਤ ਮਾਨ ਸਰਕਾਰ ਅਤੇ ਮੋਦੀ ਸਰਕਾਰ ਹੈ ਜਿਹੜੀ ਉਹ ਮਜ਼ਦੂਰ ਵਿਰੋਧੀ ਸਾਬਤ ਹੋਈ ਅੱਜ, ਔਰ ਪੁਲਿਸ ਨੇ ਬਜ਼ੁਰਗਾਂ ਨੂੰ ਔਰਤਾਂ ਦੀਆਂ ਜਿਹੜੀਆਂ ਮੈਂ ਆਪ ਚੁੰਨੀਆਂ ਜਿਹੜੀਆਂ ਉਹ ਲੀਰੋ ਲੀਰ ਕੀਤੀਆਂ, ਇਸ ਕਰਕੇ ਪੁਲਿਸ ਦਾ ਵੀ ਚਿਹਰਾ ਜਿਹੜਾ ਮਜ਼ਦੂਰ ਵਿਰੋਧੀ ਹੈਗਾ। ਅੱਜ ਅਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਉਹ ਕਰਕੇ ਜਾਵਾਂਗੇ, ਪੁਲਿਸ ਜੋ ਥਾਣੇ 'ਚ ਲੈ ਜਾਂਦੀ ਆ, ਜੇਲ੍ਹ ਭੇਜਦੀ ਆ, ਪਰਚੇ ਕਰਦੀ ਆ, ਇਹ ਤੋਂ ਅਸੀਂ ਬੇਪਰਵਾਹ ਹਾਂ। ਡਿਪਟੀ ਸਾਹਿਬ, ਇੱਥੇ ਮੈਂ ਨਾ ਰੇਲਵੇ ਟਰੈਕ 'ਤੇ ਕਿਸਾਨ ਬੈਠੇ ਸੀਗੇ, ਰੇਲਵੇ ਰੋਕੀ ਗਈ ਸੀ, ਤੁਹਾਡੇ ਵੱਲੋਂ ਉਹਨਾਂ ਨੂੰ ਹਟਾਇਆ ਗਿਆ, ਹਿਰਾਸਤ 'ਚ ਦਿੱਤਾ ਗਿਆ, ਕੀ ਸਾਰਾ? ਇਹ ਅੱਜ ਪਤਾ ਲੱਗਿਆ ਸੀਗਾ ਵੀ ਇਹਨਾਂ ਨੇ ਨਾ ਆਪਣਾ ਯੂਨੀਅਨ ਨੇ ਜਿਹੜਾ 12-4 ਰੇਲਵੇ ਸਟੇਸ਼ਨ ਮੋਗਾ 'ਤੇ ਕੋਈ ਧਰਨਾ ਦੇਣ ਦਾ ਐਲਾਨ ਕੀਤਾ ਸੀ, ਪਰ ਇਹਨਾਂ ਨੇ ਮੋਗਾ ਧਰਨਾ ਨਹੀਂ ਦਿੱਤਾ। ਅਚਾਨਕ ਮਹਿਣਾ ਰੇਲਵੇ ਸਟੇਸ਼ਨ 'ਤੇ ਆ ਕੇ ਜੋ ਟ੍ਰੇਨ ਆ ਕੇ ਰੁਕੀ ਉਹਦੇ ਅੱਗੇ ਬਹਿ ਗਏ। ਟ੍ਰੇਨ ਪਿੱਛੋਂ ਫਿਰੋਜ਼ਪੁਰ ਤੋਂ ਆਈ ਸੀ, ਸਵਾਰੀਆਂ ਨਾਲ ਭਰੀ ਹੋਈ ਸੀ। ਅਸੀਂ ਸਿਰਫ ਇਤਿਆਦ ਦੇ ਤੌਰ 'ਤੇ ਆਏ ਹਾਂ ਵੀ ਕੋਈ ਇਹਨਾਂ ਦਾ ਆਪਸ ਵਿੱਚ ਟਕਰਾਅ ਨਾ ਹੋ ਜਾਵੇ ਟ੍ਰੇਨ ਵਾਲੇ ਯਾਤਰੀਆਂ ਨਾਲ, ਜਾਂ ਹੋਰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋ ਜਾਵੇ, ਜਾਂ ਮੁਜ਼ਾਹਰਾਕਾਰੀ ਵੀ ਸਾਡੇ ਭਾਈ ਨੇ ਕੋਈ ਨੁਕਸਾਨ ਨਾ ਹੋ ਜਾਵੇ। ਇੱਥੇ RPF ਦੇ ਸਬ ਇੰਸਪੈਕਟਰ ਅਲਵਿੰਦਰ ਸਿੰਘ ਆਏ ਹੋਏ ਨੇ, ਵਿਦ ਫੋਰਸ ਆਏ ਹੋਏ ਨੇ, ਉਹ ਕਾਰਵਾਈ ਕਰ ਰਹੇ ਆ। ਕਾਨੂੰਨੀ ਕਾਰਵਾਈ ਵੀ ਉਹਨਾਂ ਨੇ ਕਰਨੀ ਆ, ਅਰੈਸਟ ਵੀ ਉਹਨਾਂ ਨੇ ਕਰਨੇ ਜੋ ਹਿਰਾਸਤ 'ਚ ਲੈਣੇ ਆ। ਅਸੀਂ ਸਿਰਫ ਲਾਅ ਐਂਡ ਆਰਡਰ ਨੂੰ ਮੁੱਖ ਰੱਖਦੇ ਹੋਏ ਵੀ ਅਮਨ ਕਾਨੂੰਨ ਖਰਾਬ ਨਾ ਹੋਵੇ, ਕੋਈ ਆਪਸੀ ਟਕਰਾਅ ਨਾ ਹੋਵੇ ਪੈਸੈਂਜਰਾਂ ਦਾ ਅਤੇ ਇਹਨਾਂ ਧਰਨਾਕਾਰੀਆਂ ਦਾ, ਜਾਂ ਹੋਰ ਕਿਸੇ ਕਿਸਮ ਦੀ ਕੋਈ ਇੱਥੇ ਵੱਧ ਉਸ ਤਰ੍ਹਾਂ ਫੈਲੀ ਨਾ ਹੋ ਜਾਵੇ। ਜਾਂ ਉਹਦੇ ਕਰਕੇ ਅਸੀਂ ਆਏ ਹੋਏ ਹਾਂ ਅਤੇ ਅਸੀਂ ਤਾਂ RPF ਦੀ ਸਪੋਰਟ ਕਰ ਰਹੇ ਹਾਂ ਵੀ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ, ਕਾਰਵਾਈ RPF ਕਰ ਰਹੀ ਹੈ। ਲਾਠੀ ਚਾਰਜ ਕੋਈ ਨਹੀਂ ਕੀਤਾ ਜੀ, ਸਮਝਾ ਬੁਝਾ ਕੇ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਮਤਲਬ ਤੁਹਾਨੂੰ ਪਰਮਿਸ਼ਨ ਤਾਂ ਮੌਕੇ ਦੀ ਮਿਲੀ ਹੋਈ ਆ, ਅਚਾਨਕ ਤੁਸੀਂ ਮਹਿਨੇ ਬਹਿ ਗਏ, ਇਸ ਤਰ੍ਹਾਂ ਕੋਈ ਜੇ ਮਾਲ ਗੱਡੀ ਆ ਜਾਂਦੀ ਤਾਂ ਇਹਨਾਂ ਦਾ ਨੁਕਸਾਨ ਹੋਣ ਦੇ ਵੀ ਚਾਂਸਿਸ ਸੀ। ਅਚਾਨਕ ਬੈਠ ਕੇ ਸਮਝਾ ਬੁਝਾ ਕੇ ਇਹਨਾਂ ਨੂੰ ਉਠਾਤਾ ਜੀ, ਅਤੇ ਉਹ RPF ਵਾਲੇ ਇਹਨਾਂ ਨੂੰ ਲੈ ਗਏ ਆਪਦੇ ਨਾਲ। ਹਾਂ, RPF ਨੇ ਲੈ ਲਿਆ ਜੀ, ਸਾਡਾ ਨਹੀਂ ਬਣਦਾ, ਪੂਰਾ RPF ਦਾ ਬਣਦਾ। ਅਸੀਂ ਤਾਂ ਉਹਨਾਂ ਦੀ ਸਪੋਰਟ ਲਈ ਵੀ ਜੇ ਸਾਡੇ ਏਰੀਏ 'ਚ ਕੋਈ ਖੂਨ ਖਰਾਬਾ ਹੋ ਜਾਵੇ ਜਾਂ ਹੋਰ ਹੋ ਜਾਵੇ, ਉਸ ਲਈ ਇਤਿਹਾਸ ਦੇ ਤੌਰ 'ਤੇ ਆਉਣਾ ਬਣਦਾ ਸੀ, ਆਏ। ਦੇਖੋ ਜੀ, ਇਹਨਾਂ ਨੇ ਜਿਹੜਾ ਬਗੈਰ ਕਿਸੇ ਇਨਫੋਰਮੇਸ਼ਨ 'ਤੇ ਪੜਾਓ ਮੈਣਾ ਸਟੇਸ਼ਨ 'ਤੇ ਗੱਡੀ ਰੋਕੀ ਹੈ, ਜਿਸ ਦੇ ਸੰਬੰਧ 'ਚ ਜਿਹੜੀ ਰੇਲਵੇ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਬਣਦੀ ਉਹ ਅਮਲ 'ਚ ਲਿਆਂਦੀ ਜਾਏ। ਹਿਰਾਸਤ 'ਚ ਵੀ ਲਿੱਤਾ ਗਿਆ ਇਹਨਾਂ ਨੂੰ? ਹਿਰਾਸਤ 'ਚ ਸਿਵਲ ਪੁਲਿਸ ਦੇ ਨਾਲ ਮਿਲ ਕੇ ਲਿਆ ਗਿਆ ਹੈ, ਅਗਲੀ ਕਾਰਵਾਈ ਦੱਸੀ ਜਾਏਗੀ। ਕਿੰਨੇ ਕੁ ਲੋਕ ਸੀਗੇ ਜਿਹੜੇ ਟ੍ਰੇਨ 'ਤੇ, ਟ੍ਰੇਨ ਕਿੱਥੋਂ ਆ ਰਹੀ ਸੀ ਜਿਹੜੀ ਨੂੰ ਰੋਕਿਆ ਗਿਆ ਸੀ? ਇਹ ਟ੍ਰੇਨ ਫਿਰੋਜ਼ਪੁਰ ਸਾਈਡ ਤੋਂ ਆ ਰਹੀ ਸੀ, ਕਰੀਬ 30-35 ਲੋਕ ਹੈਗੇ ਨੇ। ਅਤੇ ਇਨਫੋਰਮੇਸ਼ਨ ਸੀਗੀ ਕੋਈ ਇਹਨਾਂ ਨੇ ਰੋਕਣਾ ਇੱਥੇ? ਨਹੀਂ, ਇੱਥੇ ਕੋਈ ਇਨਫੋਰਮੇਸ਼ਨ ਨਹੀਂ ਸੀ। ਅੱਛਾ, ਅਚਾਨਕ ਹੀ ਬੈਠ ਗਏ ਸੀਗੇ? ਅਚਾਨਕ ਬੈਠੇ ਜੀ, ਸਾਨੂੰ ਸਟੇਸ਼ਨ ਮਾਸਟਰ ਤੋਂ ਇਨਫੋਰਮੇਸ਼ਨ ਆਈ ਸੀ, ਉਸ ਵਿਆਪ 'ਤੇ ਅਸੀਂ ਇੱਥੇ ਮੌਕੇ 'ਤੇ ਪਹੁੰਚੇ।